मैं भाई साहब इस वक्त रजिंदर हस्पताल खड़ा जी मेडिकल सुपरिटेंडेंट के दफ्तर के मूहरे। ये मेरे दोस्त ने जी संजीव जिंदल, इन्हों के ब्रदर ने जी एक लवकेश जिंदल, वो पिछले 12 दिन तो इतों कोरोना वार्ड में दाखिल ने, पर पिछले 4 दिन तो उन्होंने ना तो उन्होंने मोबाइल मिल रहा जी, ना सानू कोई कॉन्टैक्ट हो रहा, ना सानू देखने दे रहे हैं। हुण इन्हें असी मिलन आए इत्थे वार्ड च, तां इक बंदा वार्ड वाला कहिंदा कि वह 3 दिन तो बेहोश ने, एक बंदा कहिंदा उन्होंने कल रोटी खाधी है, एक बंदा कहिंदा भी उन्होंने कल खून की उल्टी आई है। हुण तुसीं दसो भी एक बंदे का जी जिथे वार्ड में दाखिल पिया हो, बंदा की करेगा? इन्हां नूं कोई अपडेट नहीं दे रहे जी, ਇਹ ਬਾਹਰ ਖੜੇ ਨੇ ਵਾਰਡ ਦੇ। ਅਸੀਂ ਮੈਡੀਕਲ ਸਟੂਡੈਂਟ ਨੂੰ ਮਿਲਿਆ, ਮੈਡੀਕਲ ਸਟੂਡੈਂਟ ਕਹਿੰਦਾ ਨਹੀਂ ਜੀ, ਅਸੀਂ ਕਿਹਾ ਤੁਹਾਡੇ ਕੋਲ ਉੱਥੇ ਨਵਾਂ ਵਾਰਡ ਬਣਿਆ, ਉੱਥੇ ਸੀਸੀਟੀਵੀ ਕੈਮਰੇ, ਸਾਨੂੰ ਫੁਟੇਜ ਦਿਖਾ ਦਿਓ, ਸਾਡੇ ਮੋਬਾਈਲ ਤੇ ਰਿਕਾਰਡਿੰਗ ਕਰਕੇ ਦਿਖਾ ਦਿਓ। ਪਰ ਇਹਨਾਂ ਵੱਲੋਂ ਸਾਨੂੰ ਕੋਈ ਵੀ ਰਿਸਪਾਂਸ ਨਹੀਂ ਦਿਆ ਜਾ ਰਿਹਾ ਜੀ, ਤੁਸੀਂ ਕੁਝ ਕਹਿਣਾ ਚਾਹੋਗੇ ਜਿੰਦਲ ਸਾਹਿਬ? ਸਾਨੂੰ ਕਿਸੇ ਤਰ੍ਹਾਂ ਦੀ ਪ੍ਰਸ਼ਾਸਨ ਅੱਗੇ ਬੇਨਤੀ ਹੈ, ਸਾਨੂੰ ਕਿਸੇ ਵੀ ਤਰ੍ਹਾਂ ਦੀ ਹੈਲਪ ਕਰਕੇ ਇੱਕ ਵਾਰ ਉਹਦੀ ਝਲਕ ਦਿਖਾਈ ਜਾਵੇ ਵੀ ਉਹ ਕਿਸ ਤਰ੍ਹਾਂ ਦਾ। ਮਰ ਗਿਆ ਤਾਂ ਵੀ ਦੱਸ ਦਿਓ, ਜੇ ਮਰ ਗਿਆ ਤਾਂ ਵੀ ਦੱਸ ਦੇਣ, ਜਿੰਦਾ ਤਾਂ ਵੀ ਦੱਸ ਦੇਣ, ਸਾਨੂੰ ਇੱਕ ਵਾਰ ਉਹਦੀ ਲੇਟੈਸਟ ਝਲਕ ਦਿਖਾਈ ਜਾਵੇ। ਇਹ ਦੇਖੋ ਤੁਸੀਂ ਵੀ ਕੀ ਹਾਲਤ ਹੈ ਇਸ ਵਕਤ, ਉਰੇ ਅੰਦਰ ਵੀ ਲਾਈਨ ਲੱਗੀ ਪਈ ਜੀ ਮੈਡੀਕਲ ਸੁਪਰਡੈਂਟ ਨੂੰ ਮਿਲਣ ਵਾਲੇ ਲੋਕਾਂ ਦੀ, ਪਰ ਮੈਡੀਕਲ ਸੁਪਰਡੈਂਟ ਸਾਹਿਬ ਨੂੰ ਮਿਲ ਕੇ ਵੀ ਕੀ ਕਰੋਗੇ? ਉਹਨਾਂ ਨੇ ਵੀ ਇਹੀ ਕਹਿਤਾ ਕਿ ਸਾਨੂੰ ਫੋਟੋ ਖਿੱਚਣੀ ਵੀ ਅਲਾਊਡ ਨਹੀਂ। ਦੱਸੋ ਵੀ ਕਿਹੜਾ ਤਾਜ ਮਹਿਲਾ ਜੀ ਦੀ ਫੋਟੋ ਖਿੱਚਣੀ ਅਲਾਊਡ ਨਹੀਂ ਹੈ? ਇਹ ਇਹਨਾਂ ਦਾ ਕੀ ਇਲਾਜ ਕੀਤਾ ਜਾਵੇ ਤੁਸੀਂ ਦੱਸੋ? ਵੀ ਇਹ ਲੋਕ ਜਿਹੜੇ ਮਤਲਬ ਜਿਉਂਦਿਆਂ ਨੂੰ ਵੀ ਮਾਰਦੇ ਨੇ, ਮਰੇ ਦਾ ਮਰਿਆਂ ਦੇ ਨੋਚ ਰਹੇ ਨੇ, ਕੀ ਕਰੇ ਇਹਨਾਂ ਦਾ ਇਲਾਜ? ਪਲੀਜ਼ ਇਸ ਗੱਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ, ਤਾਂ ਕਿ ਕੋਈ ਕਿਸੇ ਘਰ ਦਾ ਜੀ ਸ਼ਾਇਦ ਬਚ ਸਕੇ। ਵੈਸੇ ਤਾਂ ਰਜਿੰਦਰ ਹਸਪਤਾਲ ਆਇਆ ਬੰਦਾ ਬਚਦਾ ਬਹੁਤ ਘੱਟ ਹੈ, ਮੇਰਾ ਆਪਣਾ ਪਰਸਨਲ ਐਕਸਪੀਰੀਅੰਸ, ਮੇਰੀ ਮਾਤਾ ਦੀ ਡੈਡ ਬੋਡੀ ਲੈ ਗਿਆ 3 ਸਾਲ ਪਹਿਲਾਂ ਇੱਥੋਂ। ਮੈਂ ਤੁਹਾਨੂੰ ਸਾਰਿਆਂ ਨੂੰ ਵੀਰ ਜੀ ਵਾਰ ਵਾਰ ਬੇਨਤੀ ਹੈ ਵੀ ਪਲੀਜ਼ ਇਹਨੂੰ ਸ਼ੇਅਰ ਕਰੋ ਵੱਧ ਤੋਂ।